ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਪੰਜਾਬੀ ਇੰਡਸਟਰੀ ਵਿੱਚ ਹਥਿਆਰਾਂ ਅਤੇ ਗੋਲੀਆਂ ਦੇ ਗਾਣੇ ਦਾ ਜ਼ਿਕਰ ਵੀ ਹੁੰਦਾ ਅਤੇ ਕੁਝ ਲੋਕ ਇਹਨਾਂ ਨੂੰ ਪਸੰਦ ਵੀ ਕਰਦੇ ਨੇ ਅਤੇ ਕਾਫ਼ੀ ਲੋਕ ਇਹਨਾਂ ਗਾਣਿਆਂ ਦਾ ਵਿਰੋਧ ਵੀ ਕਰਦੇ ਨੇ। ਇਹਨਾਂ ਗਾਣਿਆਂ ਨੂੰ ਲੈ ਕੇ ਜਗਜੀਤ ਸੰਧੂ ਦੀ ਇੱਕ ਸ਼ਾਰਟ ਫਿਲਮ ਵੀ ਆਈ ਜਿਸ ਦਾ ਨੇਮ ਹੈ ਫੋਕੇ ਸਿੰਗਰ 2 ਅਤੇ ਜਿਸ ਨੂੰ ਲੋਕਾਂ ਨੇ ਕਾਫ਼ੀ ਜ਼ਿਆਦਾ ਪਸੰਦ ਵੀ ਕੀਤਾ ਅਤੇ ਇਸ ਫਿਲਮ ਦੀ ਕਹਾਣੀ ਹੈ ਕਿ ਅੱਜ ਕੱਲ੍ਹ ਦੇ ਨੌਜਵਾਨ ਕਿਵੇਂ ਇਹਨਾਂ ਗਾਣਿਆਂ ਨੂੰ ਸੁਣ ਕੇ ਆਪਣੇ ਆਪ ਨੂੰ ਬਦਲ ਲੈਂਦੇ ਨੇ ਅਤੇ ਫਿਲਮ ਦੇਖਣ ਤੋਂ ਬਾਅਦ ਹੀ ਪੰਜਾਬੀ ਸਿੰਗਰ ਸ਼ੈਰੀ ਮਾਨ ਨੇ ਇਸ ਵੀਡੀਓ ਦੇ ਥੱਲੇ ਕਮੈਂਟ ਵੀ ਕੀਤਾ ਤੇ ਸ਼ੈਰੀ ਮਾਨ ਨੇ ਕਿਹਾ ਜਦੋਂ ਮੇਰੀ ਬੇਬੇ ਐਲਬਮ ਕੀਤੀ ਸੀ ਉਹਦੇ ਵਿੱਚ ਸਾਨੂੰ ਬਹੁਤ ਨੁਕਸਾਨ ਹੋਇਆ ਸੀ, ਕਿਸੇ ਨੇ ਕੋਈ ਗਾਣਾ ਨਹੀਂ ਸੁਣਿਆ, ਬਸ ਇੱਕੋ ਗਾਣਾ ਸੀ ਜਿਹੜਾ ਬਹੁਤ ਚੱਲਿਆ ਸੀ, ਇੱਕ ਬੋਤਲ ਖਾਲੀ ਹੋ ਗਈ ਇੱਕ ਲੈਣ ਚੱਲੇ ਆ, ਜਿਹਦੇ ਕਰਕੇ ਥੋੜੇ ਮੋਟੇ ਸ਼ੋਅ ਲੱਗਦੇ ਹੁੰਦੇ ਸੀ। ਮੇਰੇ ਵੱਲੋਂ ਸਾਰੀ ਟੀਮ ਨੂੰ ਮੁਬਾਰਕਾਂ ਇਹ ਸੱਚ ਦਿਖਾਉਣ ਦੇ ਲਈ। ਹਮੇਸ਼ਾ ਹੀ ਹਥਿਆਰਾਂ ਅਤੇ ਗੋਲੀਆਂ ਵਾਲੇ ਗਾਣੇ ਨੂੰ ਲੈ ਕੇ ਪੰਜਾਬੀ ਇੰਡਸਟਰੀ ਵਿੱਚ ਸਵਾਲ ਜਵਾਬ ਹੁੰਦੇ ਰਹਿੰਦੇ ਨੇ ਅਤੇ ਜ਼ਿਆਦਾਤਰ ਸਿੰਗਰਾਂ ਦਾ ਵੀ ਇਹੀ ਕਹਿਣਾ ਹੈ, ਜਿੱਦਾਂ ਦੇ ਲੋਕ ਗੀਤ ਪਸੰਦ ਕਰਦੇ ਨੇ ਸਾਨੂੰ ਵੀ ਉਸੇ ਤਰ੍ਹਾਂ ਦੇ ਗੀਤ ਕਰਨੇ ਪੈਂਦੇ ਨੇ। ਜੇ ਕੋਈ ਸਿੰਗਰ ਗੀਤ ਦੇ ਰਾਹੀਂ ਸੋਸ਼ਲ ਮੈਸੇਜ ਵੀ ਦੇਵੇ ਤੇ ਉਸਨੂੰ ਕੋਈ ਵੀ ਪਸੰਦ ਨਹੀਂ ਕਰਦਾ, ਤੁਹਾਡੇ ਲੱਚਰ ਗਾਇਕੀ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਤੇ ਅੱਜ ਲਈ ਇੰਨਾ ਹੀ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਜਲਦੀ। ਤੇ ਜਿਹਨਾਂ ਸਰੋਤਾਂ ਨੇ ਸਾਡਾ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਦੇ ਆਈਕਨ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਇੰਡਸਟਰੀ ਦੀ ਹਰ ਇੱਕ ਨਵੀਂ ਖਬਰ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦਬਾ ਦਿਓ ਬੈਲ ਦਾ ਆਈਕਨ।